ਤੂੰ ਭੱਜ ਲੈਂਦੇ ਮਾੜਾ ਜਿਹਾ ਗਰਮ ਹੋ ਜਾਂਦੇ। ਅਮਰੀਕਾ ਆ ਗਿਆ ਕਬੱਡੀ ਖੇਡਦਾ ਹੈ, ਜੇ ਇੰਡੀਆ ਰਹਿ ਜਾਣਾ ਤੇ ਇਹਦਾ ਮੰਜਾ ਬੇਲੀ ਦੇ ਵਿੱਚ ਪੁੱਜ ਜਾਣਾ ਸੀਗਾ। ਹਜੋ ਪਾਸੇ ਹੁਣ ਹਾਊ ਹਾ ਹਮਾਰੀ ਕਬੱਡੀ 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 ਦੀ ਰਕਨ ਆ ਪਿਆਤਾ ਆ ਨਾ ਪਿਆਤਾ ਨਹੀਂ ਰਵੀ ਸਿੱਧਵਾ ਤੇ ਬਿੱਟੂ ਖੀਵਾ ਰਵੀ ਸਿੱਧਵਾ ਦੇ ਬਿੱਟੂ ਖੀਵਾ ਬਿੱਟੂ ਢੀਰੇ ਨਾਲ ਵੀ ਖੇਡਿਆ ਲੱਡੂ ਨਾਲ ਵੀ ਖੇਡਿਆ। ਅੱਗੇ ਵੱਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ, ਕਬੱਡੀ ਖੇਡਦਾ ਖੇਡਦਾ ਆ ਗਿਆ ਅਮਰੀਕਾ ਦੇ ਵਿੱਚ, ਕੰਮ ਵੀ ਕਰਦਾ ਕਬੱਡੀ ਵੀ ਖੇਡਦਾ। ਹੁਣ ਦੇਖਦੇ ਵੀ ਸਿੱਧਵਾ ਦੋਨਾ ਵਾਲਾ ਕਹਿੰਦਾ ਮੈਂ ਕਰਦਾ ਦੁਆਤ, ਰਵੀ ਨਕਲਣ ਦੀ ਕੋਸ਼ਿਸ਼ ਕਰਦਾ, ਸਿੱਧਵਾ ਦੋਨਾ ਦਾ ਵੀ ਨਾਮ ਵੱਡਾ ਹੈ, ਨੇਕੀ ਜੱਸਾ ਬੀਰਾ ਲੱਡੂ। ਆਹ ਦੂਸਰੇ ਪਾਸੇ ਬਿੱਟੂ ਬਿੱਟੂ ਲਈ ਤਾੜੀਆਂ ਨਾਲ ਰਵੀ ਜ਼ੋਰਦਾਰ। ਇਹ ਅਮਰੀਕਾ ਆ ਗਿਆ ਕਬੱਡੀ ਖੇਡਦਾ ਹੈ, ਜੇ ਇੰਡੀਆ ਰਹਿ ਜਾਂਦਾ ਤੇ ਇਹਦਾ ਮੰਜਾ ਬੇਲੀ ਦੇ ਵਿੱਚ ਪੁੱਜ ਜਾਣਾ ਸੀਗਾ। ਕਮਾਲ ਕਰ ਹਟ ਗਿਆ ਬਿੱਟੂ ਪਿੱਛੇ, ਹੁਣ ਮੇਲਾ ਬਣ ਜੂ ਬਿੱਟੂ ਦੇ ਨੰਬਰ ਲੈ ਗਏ, ਤਾੜੀਆਂ ਤਾਂ ਵੱਜਣ ਗਈਆਂ। ਆ ਸੱਜੇ ਖੱਬੇ ਕਬੱਡੀ 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 ਹਰਜੇ ਪਾਸੇ ਥੋੜੀ ਹੋਰ ਗਰਮੀ ਲੈ ਆਊਗਾ ਮੈਦਾਨ ਦੇ ਵਿੱਚ, ਬੱਲੇ 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 ਕਰਾਉਣ ਵਾਲੀ ਗੱਲ ਕਰਦਾ। ਸਾਡੀਆਂ ਮਾਵਾਂ ਆਪਣੇ ਪਾਸੇ ਭੈਣਾਂ ਦੇਖ ਰਹੀਆਂ ਵੀ ਮਰ ਜਾਣੇ ਦਾ ਸਰੀਰ ਬੜਾ ਥੋੜਾ ਜਿਹਾ, ਇਹ ਪਤਾ ਨੀ ਕਾਹਦੀ ਅੱਤ ਚੱਕੀ ਫਿਰਦਾ, ਕਾਹਦੀ ਅੱਤ ਚੱਕੀ ਫਿਰਦਾ, ਪਰ ਕਬੱਡੀ ਬਾਲ ਟੌਪ ਦੀ ਖੇਡਦਾ। ਨਾ ਇਹਦੇ ਪਾਸੇ ਬਿੱਟੂ ਥੀਵੇ ਵਾਲਾ, ਅਗਲੀ ਕਬੱਡੀ ਬਾਲ ਲਈ ਫਿਰ ਜਲੰਧਰੀਆ ਜਲੰਧਰੀਆ ਮੁੰਡਾ ਮੈਦਾਨ ਦੇ ਵਿੱਚ ਮੇਲਦਾ ਫਿਰਦਾ। ਹਾਂ ਮੇਰੀ ਸਾਹ ਕਮਾਲ ਹੋ ਗਈ, ਹੁਣ ਹੁਣ ਇੱਕੋ ਜਿਹੇ ਸਰੀਰ ਨੇ, ਦੇਖਾ 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 ਦੇਖਾ, ਹੇ ਕਬੱਡੀ ਹੇ ਕਬੱਡੀ ਹੇ ਕਬੱਡੀ। ਇਹ ਮੇਲੇ ਲੁੱਟਣ ਵਾਲੀ ਗੱਲ ਕਰਦਾ ਹੈ। ਸੋਖੇ ਭੋਪਾਲ ਦੇ ਨਾਲ ਵੱਡਾ ਪਿਆਰ ਹੈ। ਲਓ ਇਹਦੇ ਪਾਸੇ ਕੀ ਇਸ਼ਾਰੇ ਨੇ, ਬਿੱਟੂ ਲਈ ਤਾੜੀਆਂ ਮਾਰੋ ਜੀ ਇੱਕ ਵਾਰੀ, ਫਿਰ ਤਾੜੀਆਂ ਮਾਰ ਦੋ ਜ਼ੋਰਦਾਰ। ਚੱਲ ਵੀ ਬਿੱਟੂ ਪਾ ਵੀ ਕਬੱਡੀ, ਇਹਦੀ 57 ਸਾਲ ਉਮਰ ਹੈ, ਪਰ ਕਹਿੰਦੇ ਉਮਰਾਂ ਦੇ ਨਾ ਰਹੇ, ਉਮਰਾਂ ਦੀ ਨੀ ਗੱਲ ਹੁੰਦੀ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਚ ਕੀ ਰੱਖਿਆ ਬਿੱਟੂ, ਉਮਰਾਂ ਚ ਕੀ ਰੱਖਿਆ, ਨਾ ਪਿਆਤਾ ਨਾ ਪਿਆਤਾ ਸਿੱਧਵਾ ਤੇ ਬਿੱਟੂ ਖੀਵਾ ਰਵੀ ਸਿੱਧਵਾ ਦੇ ਬਿੱਟੂ ਖੀਵਾ ਬਿੱਟੂ ਢੀਰੇ ਨਾਲ ਵੀ ਖੇਡਿਆ ਲੱਡੂ ਨਾਲ ਵੀ ਖੇਡਿਆ ਜੱਸੇ ਨਾਲ ਵੀ ਖੇਡਿਆ, ਨਾਲ ਵੀ ਮੈਦਾਨ ਦੇ ਕੋਸ਼ਿਸ਼ ਕਰਦਾ ਹਜੋ ਪਾਸੇ ਹੁਣ ਹਾਊ ਹਾ ਹਮਾਰੀ ਕਬੱਡੀ 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 ਅੰਦਰਾ ਤੇਰਾ ਇਹ ਲਗਾਤਾਰ ਕਬੱਡੀਆਂ ਪਾ ਰਿਹਾ, ਪੁਰਾਣੀਆਂ ਖੁਰਾਕਾਂ ਖਾਧੀਆਂ ਨੇ ਤੇ ਔਖੇ ਵੇਲੇ ਕੰਮ ਆਉਣਾ ਦੋਵੇਂ ਹਥਿਆਰਾਂ ਨੇ, ਪੁਰਾਣੀਆਂ ਖੁਰਾਕਾਂ ਤੇ ਪੁਰਾਣੇ ਵੇਲੀ ਯਾਰਾਂ ਨੇ। ਜਦੋਂ ਤੇਰਾ ਨਵਿਆਂ ਤੋਂ ਦਿਲੇ ਉੱਠ ਜਾਵੇਗਾ, ਫਿਰ ਚੌਥੀ ਦੇ ਸਕੂਲ ਵਾਲਾ ਵੇਲੀ ਚੇਤੇ ਆਵੇਗਾ, ਫਿਰ ਇਹ ਲੱਭਦਾ ਤੂੰ ਮਾਨ ਮਰ ਜਾਣੇ, ਨਵਿਆਂ ਦੇ ਸੰਗ ਲੱਗ ਗਏ।
ਤੇ ਭੁੱਲ ਗਏ ਨੇ ਯਾਰ ਪੁਰਾਣੇ। ਲਾ ਪੁਰਾਣੇ ਯਾਰ ਜਿਹੜੇ ਉਹ ਕੰਮ ਆਉਂਦੇ ਨੇ, ਲਾ ਇਹਦੇ ਪਾਸੇ ਰੇੜ, ਫਿਰ ਜੁੜੀਏ ਮੈਦਾਨ ਦੇ ਨਾਲ। ਲਾ ਕਬੱਡੀ, ਇਹ ਕਹਿੰਦੇ ਜਵੇਦ ਜ਼ਹਿਰੋ ਦਾ ਮਿੱਤਰ ਹੈ, ਕਹਿੰਦੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ, ਕਹਿੰਦੇ ਅਡੋਪਟ ਕੀਤੀ ਆ, ਪਰ ਆਹ ਮੁੰਡਾ ਬਰਾੜ ਆ, ਇਹਦਾ ਮੋਗਾ ਚਲਾਇਆ। ਉਹਨੂੰ ਕੁੱਕੜ ਦਾ ਫਿਕਰ ਹੈ, ਕਹਿੰਦਾ ਮਾਸੂ ਪਾਤ ਕਿਹੜਾ ਪਟਵਾਰੀ ਲੱਗ ਸੀ, ਫੇਰ ਮਾਰ ਦਿਆ ਪਾਣੀ ਪੀ ਲੈਣ ਦਿਓ ਬਾਈ। ਕੁੱਕੜ ਕੁੱਕੜ ਵਾਟਰ ਬ੍ਰੇਕ ਤੇ ਆ ਬਾਈ ਜੀ, ਟੀਮਾਂ ਬਾਈ ਜੀ ਜਾਂਦੀ ਦੇ ਨਾਲ ਦੋਵੇਂ ਟੀਮਾਂ ਟੀਮਾਂ ਕੋਚ ਸਾਹਿਬਾਨਾਂ ਨੂੰ ਬੇਨਤੀ ਹੈ ਬਾਈ ਜੀ, ਟੀਮਾਂ ਲੈ ਕੇ ਆ ਜਾਓ ਪਲੀਜ਼। ਬਿੱਟੂ ਤੇ ਕੁੱਕੜ ਬੰਦੀ ਨਾ ਝਾਕੀ ਜਾਓ, 1500 ਮੂਸੇ ਦਾ ਹੀ ਆ। ਆ ਜਾਓ ਬਾਈ ਜੀ, ਪਹੁੰਚੋ। ਹਾਂ ਛੱਡ ਦੇ ਬਾਈ, ਟੀਮਾਂ ਨੂੰ ਬੁਲਾ ਲਾ ਵੀਰੇ। ਉਹ ਬਾਈ ਤਾਂ ਨੂੰ ਨਾ ਉਹ ਲੱਦੇ ਦੀਆਂ ਕਢਾਉਣ ਨਾ, ਛੱਡ ਦੇ ਬਿੱਟੂ ਭੱਜ ਲੈਂਦੇ ਮਾੜਾ ਜਿਹਾ ਗਰਮ ਹੋ ਜਾਂਦੇ। ਬਿੱਟੂ ਜੇ ਕੁੱਕੜ ਮਾਰਜੇ 5 ਸਾਲ ਦੀ ਸਜ਼ਾ। ਹਾਂ ਮੁੜ ਕੇ ਮੁਲਾਕਾਤ ਲਈਆਂ ਨਾ ਕਿਸੇ ਨੇ, ਮੁੜ ਕੇ ਬਾਸੀਆਂ ਲਈਆਂ ਲਏਗਾ ਤਾਈ ਲੜੂ ਸਾਡੀ। ਹਾਂ ਪੜ ਲਿਆ ਖੁਸ਼ੀ ਦੇਣੀ ਸਭ ਤੋਂ ਵੱਡੀ ਔਖੀ ਆ। ਖੁਸ਼ੀ ਜਦੋਂ ਇਹ ਬਿੱਟੂ ਗਰਾਊਂਡ ਦੇ ਵਿੱਚ ਆਉਂਦਾ ਸਾਰੇ ਦਰਸ਼ਕ ਖੁਸ਼ ਹੋ ਜਾਂਦੇ ਆ। ਬਹੁਤ ਪਿਆਰੀ ਸ਼ਖਸੀਅਤ ਆ, ਇਹੋ ਜਿਹੇ ਬੰਦੇ ਦੇ ਉੱਤੇ ਰੱਬ ਦੀ ਕਿਰਪਾ ਹੁੰਦੀ ਆ, ਦੁੱਖ ਤਾਂ ਸਾਰੀ ਦੁਨੀਆਂ ਹੀ ਦਿੰਦੀ ਆ, ਖੁਸ਼ੀਆਂ ਵਿਰਲੇ ਬੰਦੇ ਵੰਡਦੇ ਆ। ਭਾਜੀ ਆ ਗਿਆ ਮੈਚ ਖੇਡ ਕੇ, ਭਾਜੀ ਮੈਚ ਕਿੱਦਾਂ ਲੱਗਾ? ਠੀਕ ਲੱਗਾ, ਸਹੀ ਆ, ਗਰਮੀ ਬਾਹਲੀ ਆ ਨਾ, ਪਾ ਜਾਣੀ ਮੈਂ, ਪਾ ਜਾਣੀ ਵਧੀਆ ਵਧੀਆ ਭਾਜੀ। ਅਗਲਾ ਆ ਜਿੱਤ ਗਏ ਨਾ ਮੈਚ, ਹੁਣ ਤੁਸੀਂ ਹਰ ਗਏ, ਪਰ ਹੁਣ ਫੇਰ ਸੈਮੀ ਹੋਣਾ, ਹੁਣ ਸਾਡਾ ਹੁਣ ਹੁਣ ਬਾਦਲ ਹੋਣਾ ਠੀਕ ਹੈ। ਨਾ ਨਾ ਵਧੀਆ ਵਧੀਆ, ਹਾਂ ਖਿੱਚ ਗਿਆ ਨਾ ਕੰਮ ਨੂੰ ਪੂਰਾ, ਬਹੁਤ ਵਧੀਆ। ਇੰਨੀ ਬਹੁਤ ਵੱਡੀ ਗੱਲ ਹੈ, ਕਿੰਨੀ ਉਮਰ ਹੋ ਗਈ ਭਾਜੀ? 55 ਸਾਲ ਉਮਰ ਹੋ ਗਈ। ਹਾਂ ਹਾਂ ਬਹੁਤ ਵਧੀਆ, ਪ੍ਰੈਕਟਿਸ ਬਹੁਤ ਹੈ ਜੀ, ਹਾਂ ਪ੍ਰੈਕਟਿਸ ਬਹੁਤ ਹੈ ਭਾਈ ਜੀ, ਹਲੇ 3 ਟਾਈਮ ਦਿਹਾੜੀ ਮਿਹਨਤ ਹੈ 3 ਵਾਰੀ। ਗੁਲਾਬ ਸਿੱਧੂ ਜੀ ਬਰਵਾਲੀ ਪਿੰਡ ਜ਼ਿਲ੍ਹਾ ਬਰਨਾਲੇ ਦਾ, ਉੱਥੋਂ ਦੇ ਜੰਪਲ ਨੇ ਗੁਲਾਬ ਸਿੱਧੂ ਜੀ, ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਉਹਨਾਂ ਪਾਰਟੀ ਵੀ ਸਾਡੀ ਕੋਲ ਪਹੁੰਚ ਚੁੱਕੀ ਹੈ। ਉਹ ਬੱਲੇ ਚੰਨੇ ਕਿੱਦਾਂ, ਚੰਨੇ ਵਾਲ ਵੀ ਕੈਮਰਾ ਮਾਰ ਦੀਏ। ਹੋਰ ਠੀਕ ਠਾਕ ਆ ਸਿਹਤ? ਇਹ ਮੁੰਡਾ ਚੰਨਾ ਆਪਣਾ ਲੱਲ ਮਾਰ ਕਰੂਗਾ, ਤੇਰਾ ਜੱਟ ਮਰਜ਼ੀ ਦਾ ਮਾਲਕ ਨਹੀਂ।
ਨਾ ਕੋਈ ਚੇਲਾ ਨਾ ਕੋਈ ਬਾਲਕ ਨੀ, ਬਾਬਾ ਨਾਨਕ ਭਲੀ ਕਰੂਗਾ।